ਤਾਂ ਵਿਚਾਰਨਾ ਹੀ ਪੈਣਾ ਆ ਜਿਸ ਤਰੀਕੇ ਨਾਲ ਇਹ ਸਾਡੇ ਸਿਰਾਂ ਦੇ ਉੱਤੇ ਕਾਬਜ਼ ਹੋ ਕੇ ਬੈਠੇ ਆ ਲੋਕ, ਠੀਕ ਆ, ਉਹ ਤਾਂ ਸਾਨੂੰ ਚੰਗੀ ਤਰ੍ਹਾਂ ਉਹ ਤੇ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਪੈਣੀ ਆ ਵੀ ਇਹਨਾਂ ਨੂੰ ਇਸੇ ਤਰ੍ਹਾਂ ਅਸੀਂ ਬਰਦਾਸ਼ਤ ਕਰੀ ਜਾਣਾ ਆ ਜਾਂ ਜੋ ਆਉਣੇ ਵਾਲਾ ਸਮਾਂ ਆ ਉਹਦੇ ਵਿਚ ਅਸੀਂ ਇਹ ਜਿਹੜੇ ਗ੍ਰੰਥ ਆ ਜਾਂ ਇਤਿਹਾਸ ਦੇ ਜਿਹੜੇ ਹਵਾਲੇ ਜਿਹੜੇ ਤਰੀਕਿਆਂ ਨਾਲ ਸਾਡੇ ਤੇ ਮੜੇ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਟੈਕਲ ਕਰਨਾ ਆ, ਠੀਕ ਆ, ਤੇ ਇਹ ਉਹਦੇ ਵਿਚ ਸੁਧਾਰ ਕੇ ਸਾਡਾ ਸਰ ਜਾਊਗਾ ਜਾਂ ਸਾਨੂੰ ਉਹਨਾਂ ਦੇ ਨਾਲ ਲਕੀਰ ਖਿੱਚ ਕੇ ਕੁਛ ਵੱਖਰਾ ਕਰਕੇ ਸਾਡਾ ਆਉਣੇ ਵਾਲਾ ਸਮਾਂ ਜਿਹੜਾ ਉਹਨੂੰ ਤੈਅ ਕਰਨਾ। ਸਾਡੇ ਨਾਲ ਸਰੋਤੀ ਆ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਜੀ? ਹਾਂਜੀ, ਬਹੁਤ ਵਧੀਆ ਜੀ, ਤੁਸੀਂ ਰੇਡੀਓ ਵਿਰਸਾ ਤੇ ਆਉਂਦੇ ਹੋ ਜੀ। ਹਾਂਜੀ, ਧੰਨਵਾਦ ਜੀ, ਮੈਂ ਬਲਵੀਰ ਸਿੰਘ ਬੋਲਦਾ ਸਿਡਨੀ ਤੋਂ ਜੀ। ਹਾਂਜੀ, ਮੈਂ ਯਾਰ ਆਪਣੇ 84 ਦੀ ਗੱਲ ਚੱਲ ਰਹੀ ਆ ਉਹਦੇ ਸੰਦਰਭ ਵਿੱਚ ਥੋੜੀਆਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਜੀ। ਤੁਸੀਂ ਮਾੜਾ ਜਿਹਾ ਹੋਲਡ ਕਰ। ਓਕੇ, ਹਾਂਜੀ ਹਾਂਜੀ ਹਾਂਜੀ। ਨਹੀਂ ਨਹੀਂ, ਕੋਈ ਨੀ, ਮੈਂ ਹੋਲਡ। ਠੀਕ ਹੈ ਠੀਕ ਹੈ, ਨਹੀਂ ਨਹੀਂ, ਕੋਈ ਕੱਟ ਹੋ ਗਿਆ ਫੋਨ, ਕੋਈ ਨੀ, ਕਰੋ ਤੁਸੀਂ ਗੱਲ। ਹਾਂਜੀ, ਮੈਂ ਨਾ ਖਾਸ ਤੌਰ ਤੇ ਜਿਹੜੀ ਯੰਗ ਜਨਰੇਸ਼ਨ ਆਪਣੇ ਸਿੱਖ ਧਰਮ ਨਾਲ ਸੰਬੰਧਿਤ 25 ਤੋਂ ਲੈ ਕੇ ਤੁਸੀਂ ਕਹਿ ਲਓ 30-35 ਸਾਲ ਦੇ ਵਿੱਚ ਉਹਨਾਂ ਲਈ ਇੱਕ ਸੁਨੇਹਾ ਤੇ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਨੂੰ ਜੀ। ਹਾਂਜੀ, ਕਿਉਂਕਿ ਜਿਹੜਾ ਗਰੁੱਪ ਹੈਗਾ 50-60 ਸਾਲ ਦਾ ਉਹ ਲਗਭਗ ਉਹਨਾਂ ਨੂੰ ਪਤਾ ਜੀ, ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਸੀਗੇ, ਪਿੰਡਾਂ ਦੇ ਵਿੱਚ ਸਾਡੇ ਨਾਲ ਲਾਲੇ ਹੁੰਦੇ ਸੀਗੇ ਜੀ, ਦੁਕਾਨਾਂ ਹੁੰਦੀਆਂ ਸੀ ਨਾ, ਬਾਣੀਆਂ ਦੁਕਾਨਾਂ। ਹਾਂਜੀ, 84 ਤੱਕ ਆਉਂਦੇ ਉਹ ਲਾਲਿਆਂ ਨੇ ਕੀਤਾ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਪਿੰਡਾਂ ਦੇ ਵਿੱਚ ਸੇਫ ਨੀ ਹੈਗੇ, ਅਸੀਂ ਜਾਂ ਤਾਂ ਨਾਲ ਦੇ ਕਸਬਿਆਂ ਦੇ ਵਿੱਚ ਮੂਵ ਹੋ ਜਾਈਏ ਜਿੱਥੇ ਹਿੰਦੂ ਭਾਈਚਾਰਾ ਬਹੁ ਗਿਣਤੀ ਦੇ ਵਿੱਚ ਆ, ਜਾਂ ਵੱਡੇ ਸ਼ਹਿਰਾਂ, ਉਹ ਚਲੇ ਵੀ ਗਏ ਜੀ। ਠੀਕ ਹੈ ਜੀ, ਉਹਨਾਂ ਦੇ ਜਾਣ ਦਾ ਕੀ ਹੋਇਆ? ਹੁਣ ਤੁਸੀਂ ਦੇਖੋ, ਅਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਬਾਹਰ ਬੈਠੇ ਹਾਂ, ਸਾਡੇ ਬਿਜ਼ਨਸ ਉੱਤੇ ਕੋਈ ਕਬਜ਼ਾ ਕਰੇ, ਸਾਡੇ ਟਰੱਕ ਟੈਕਸੀਆਂ ਦੁਕਾਨਾਂ ਖੋਲਵੇ, ਸਾਨੂੰ ਕੀ ਲੱਗੂਗਾ? ਅਸੀਂ ਇਹੀ ਕਹਾਂਗੇ ਨਾ ਇਹਨਾਂ ਨੂੰ, ਅਸੀਂ ਚੱਕ ਦੀਏ ਫੱਟਿਆਂ ਨੂੰ ਮਾਰਦੇ, ਸਾਨੂੰ ਇਹ ਨੀ ਪਤਾ ਲੱਗਣਾ ਬਈ ਕਿਹੜਾ ਬੰਦਾ ਸਹੀ ਆ ਕਿਹੜਾ ਗਲਤ ਆ। ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਦੇ ਜਿੱਥੇ ਜਿੱਥੇ ਰਿਸ਼ਤੇਦਾਰ ਬੈਠੇ ਆ, ਦਿੱਲੀ, ਬੰਬੇ, ਕਲਕੱਤਾ, ਬੀਕਾਨੇਰ, ਉਹਨਾਂ ਨੇ ਦੱਸ, ਉਹਨਾਂ ਨੂੰ ਪਤਾ ਸੀ ਸਾਡੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਸੇਫ ਨੀ ਹੈਗੇ। ਹੋਇਆ ਕਿ ਕਰਦੇ ਕਰਾਉਂਦੇ ਇਹ ਸਾਰੀਆਂ ਘਟਨਾਵਾਂ ਵਾਪਰ ਗਈਆਂ ਜੀ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਉਂ ਹੋਇਆ, ਰੋਜ਼ ਤੁਸੀਂ ਲੱਗੇ ਰਹਿੰਦੇ ਹੋ ਵਾਰ ਵਾਰ ਉਹ ਰਿਪੀਟ ਕਰਨ ਦਾ ਕੋਈ ਫਾਇਦਾ ਨੀ ਹੈ। ਉਹ ਜਿਹੜਾ ਜੋ ਕੁਛ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਵਾਪਰ ਰਿਹਾ ਜੀ, ਠੀਕ ਹੈ, ਜੋ ਮੈਨੂੰ ਲੱਗਦਾ ਉਹ ਬਹੁਤ ਘੱਟ ਹੋ ਸਕਦਾ ਸੀ ਜੇ ਪੰਜਾਬ ਦਾ ਹਿੰਦੂ ਦੁਖੀ ਨਾ ਹੁੰਦਾ। ਉਹਦੇ ਵਿੱਚ ਕੀ ਸੀ, ਉਹ ਜਿਹੜੀਆਂ ਉਹਨਾਂ ਦੀਆਂ ਭਾਵ, ਅਸੀਂ ਸਿੱਖ ਹੋਰੇ ਬੈਠੇ ਹਾਂ, ਸਾਨੂੰ ਹੁਣ ਇੱਥੇ ਪਤਾ ਲੱਗਦਾ ਨਾ ਵੀ ਮੈਂ ਸ਼ਿਲਾਂਗ ਦੇ ਵਿੱਚ ਸਿੱਖਾਂ ਨਾਲ ਕੁਛ ਹੋ ਰਿਹਾ, ਸਾਨੂੰ ਅਸੀਂ ਭੜਕਦੇ ਹਾਂ ਨਾ, ਕਿਉਂ ਹੋ ਰਿਹਾ, ਹਾਲਾਂਕਿ ਸਾਡੇ ਉਹ ਸਿੱਖ ਰਿਸ਼ਤੇਦਾਰ ਨੀ, ਨਾ ਸਾਡੇ ਖੂਨ ਦਾ ਹਿੱਸਾ ਨੀਗੇ, ਸਿਰਫ ਅਸੀਂ ਇਸ ਕਰਕੇ ਵੀ ਸਾਡੀ ਕਮਿਊਨਿਟੀ ਨਾਲ ਹੋ ਰਿਹਾ, ਸਾਡਾ ਵੀਜ਼ਾ ਲੱਗੇ ਅਸੀਂ ਇੱਥੇ ਵੀ, ਅਸੀਂ ਤਾਂ ਉਹਨਾਂ ਨੂੰ ਠੋਕ ਦਾਂਗੇ, ਅਸੀਂ ਇਹੀ ਕਹਾਂਗੇ ਨਾ। ਇਹੀ ਕੁਛ ਉਦੋਂ ਹੋਇਆ ਜੀ। ਮੈਂ ਕੀ ਕਹਿਣਾ ਚਾਹੁੰਦਾ, ਧਰਮਾਂ ਦੀਆਂ ਲੜਾਈਆਂ ਹੁੰਦੀਆਂ ਰਹਿਣੀਆਂ ਨੇ, ਹੁਣ ਅੱਜ ਦੀ ਤਰੀਕ 84 ਵਿੱਚ ਤੇ 2018 ਵਿੱਚ ਫਰਕ ਕੀ ਹੈ, ਮੈਂ ਤੁਹਾਨੂੰ ਥੋੜਾ ਜਿਹਾ ਉਹ ਸਮਝਾਉਣਾ ਚਾਹੁੰਦਾ ਜੀ। 84 ਦੇ ਵਿੱਚ ਕੀ ਸੀ, ਕਾਂਗਰਸ ਦੀ ਸਰਕਾਰ ਸੀ ਜਿਹੜੀ ਕਿ ਸਿੱਖਾਂ ਦੇ ਹਾਂ ਵਿੱਚ ਥੋੜੀ ਥੋੜੀ ਖੜੀ ਸੀਗੀ, ਥੋੜੀ ਥੋੜੀ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ 1992 ਤੇ ਜੰਪ ਕਰਨਾ ਚਾਹੁੰਦਾ, ਪੀਵੀ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀਗਾ, ਹਿੰਦੂ ਤਬਕਾ ਜਿਹੜਾ ਸਾਰਾ ਨੀ, ਜਿਹੜਾ ਭਾਵਨਾ ਕਰਨ ਵਾਲਾ ਤਬਕਾ, ਉਹਨਾਂ ਨੇ ਬਾਬਰੀ ਮਸਜਿਦ ਢਾਹ ਦਿੱਤੀ ਸੀ, ਠੀਕ ਹੈ ਜੀ। ਆਬਾਦੀ ਪੱਖੋਂ ਕੀ ਆ, ਸਾਡੀ ਆਬਾਦੀ ਕੀ ਆ, 2-2.5 ਕਰੋੜ, ਤੇ ਮੁਸਲਮਾਨ ਭਾਈਚਾਰੇ ਦੀ ਆਬਾਦੀ ਹੈਗੀ ਆ 17 ਕਰੋੜ ਦੇ ਆਸ ਪਾਸ। ਅੱਜ ਕੀ ਆ, ਅੱਜ ਕਾਂਗਰਸ ਦੀ ਸਰਕਾਰ ਨੀ ਹੈਗੀ, ਉਹਨਾਂ ਦੀ ਸਰਕਾਰ ਆ ਜਿਨ੍ਹਾਂ ਨੇ 17 ਕਰੋੜ ਵੋਟਾਂ ਦੀ ਪਰਵਾਹ ਕੀਤੇ ਬਿਨਾਂ ਬਾਬਰੀ ਮਸਜਿਦ ਢਾਹ ਦਿੱਤੀ, ਠੀਕ ਹੈ ਜੀ। ਹੁਣ ਮੈਨੂੰ ਇਹ ਦੱਸੋ,
ਜਿਨ੍ਹਾਂ ਦੀ ਅੱਜ ਸਰਕਾਰ ਆ ਸ਼ਰਮ ਹਿੱਕ ਦੇ ਠੋਕ ਤੇ ਕਹਿੰਦੇ ਆ, ਹਿੱਕ ਠੋਕ ਕੇ ਕਹਿੰਦੇ ਕਿ ਅਸੀਂ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ, ਕੋਈ ਸਾਨੂੰ ਰੋਕ ਨਹੀਂ ਸਕਦਾ। ਇਹਦੇ ਲਈ ਉਹਨਾਂ ਨੂੰ 17% ਦੀ ਕੋਈ ਪਰਵਾਹ ਨਹੀਂ ਸੀ, ਉਹ ਇਸ ਵੱਲ ਨੂੰ ਅੱਗੇ ਵੱਧ ਰਹੇ ਨੇ, ਠੀਕ ਹੈ ਜੀ। ਤੇ ਉਹਨਾਂ ਨੂੰ 2% ਦੀ ਪਰਵਾਹ ਕਿੱਥੇ ਹੋਊਗੀ, ਠੀਕ ਹੈ ਜੀ। ਨੰਬਰ 2 ਮੈਂ ਕੀ ਕਹਿਣਾ ਚਾਹੁੰਦਾ, ਲੜੋ ਤੁਸੀਂ ਜੀ, ਤੁਸੀਂ ਸਾਡੀ ਕਿਸਮਤ ਚ ਲੜਨਾ ਲਿਖਿਆ ਹੋਇਆ। ਅਸੀਂ ਉਹ ਕਹੀ ਜਾਂਦੇ ਵੀ ਤੁਸੀਂ 1.25 ਲੱਖ ਦੇਖ ਲਓ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਬਹੁਤ ਵਧੀਆ ਗੱਲ ਆ। ਉਹਨਾਂ ਦੀ ਸੋਚ ਨਾਲ ਅਸੀਂ ਨਾ ਉਹਨਾਂ ਦੀਆਂ ਧਾਰਨਾ ਦੇ ਕੇ ਅਸੀਂ ਆਪਣੀਆਂ ਕਮੀਣਗੀਆਂ ਨੂੰ ਹਵਾ ਨਹੀਂ ਦੇ ਸਕਦੇ। ਉਹਨਾਂ ਨੇ ਇੱਕ ਰੂਹ ਫੂਕੀ ਸੀ ਮੁਰਦਿਆਂ ਦੇ ਵਿੱਚ, ਜੋ ਉਹਨਾਂ ਨੇ ਕੰਮ ਕੀਤਾ ਸੀਗਾ। ਪਰ ਹੁਣ ਕੀ ਆ, 1945 ਦੇ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਚ ਬੰਬ ਡਿੱਗੇ ਜੀ। ਅੰਕੜੇ ਬਿਆਨ ਕਰਦੇ ਨੇਗੇ, ਠੀਕ ਹੈ ਜੀ, 1.5 ਲੱਖ ਤੋਂ ਲੈ ਕੇ 2.5 ਲੱਖ ਦੇ ਵਿੱਚ ਬੰਦਾ ਮਰਿਆ। ਉਦੋਂ ਕਿਹਨੇ ਮਾਰਿਆ, ਇੱਕ ਇੱਕ ਬੰਦੇ ਨੇ, ਠੀਕ ਹੈ ਜੀ। ਪਹਿਲਾਂ ਕੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਰਾ ਦਿੱਤਾ ਸੀ, ਉਦੋਂ ਸਰੀਰਾਂ ਦੇ ਵਿੱਚ ਜਾਨ ਸੀਗੀ ਸਾਡਿਆਂ ਦੇ ਵਿੱਚ। ਇੱਕ ਇੱਕ ਬੰਦਾ 10-10 ਬੰਦਿਆਂ ਨਾਲ ਲੜਦਾ ਸੀ, ਕਸਰਤਾਂ ਕਰਦੇ ਸੀ, ਖੁੱਲਾ ਖਾਂਦੇ ਸੀ, ਵਧੀਆ ਸੋਚਦੇ ਸੀਗੇ। ਪਰ ਹੁਣ ਕੀ ਆ, ਤੁਸੀਂ 20 ਕਿਲੋ ਭਾਰੇ ਨਸ਼ਈ ਨੂੰ ਇੱਕ AK-47 ਫੜਾ ਦੋ, 50 ਬੰਦੇ ਮਾਰ ਕੇ ਤੁਹਾਡੇ ਕੋਲ ਆ ਜੂਗੇ। ਬਸ 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 ਬਸ, ਠੀਕ ਹੈ ਜੀ। ਉਹ ਹੁਣ ਕੀ ਆ, ਉਹ ਜਿਹੜਾ 1.25 ਲੱਖ ਦਾ ਨਾਰਾ ਸੀ, ਉਦੋਂ ਸਮੇਂ ਦੀ ਲੋੜ ਸੀ। ਪਰ ਹੁਣ ਕੀ ਆ, ਜੇ ਅੱਜ ਪਰਮਾਣੂ ਬੰਬ ਤੇ ਹੱਥ ਰੱਖਿਆ ਜਾਵੇ ਤਾਂ ਪੂਰਾ ਸਿਡਨੀ, ਪੂਰਾ ਦਿੱਲੀ, ਪੂਰਾ ਨਿਊਯਾਰਕ, ਜਿਹੜਾ ਮਰਜ਼ੀ ਸ਼ਹਿਰ ਤੁਸੀਂ ਚੂਜ਼ ਕਰ ਲਓ, ਕੀ ਅਸੀਂ ਇਹ ਕਹਾਂਗੇ ਵੀ ਇੱਕ ਬੰਦਾ 1 ਕਰੋੜ ਬੰਦੇ ਨਾਲ ਲੜਾਉ ਮੈਂ? ਨਹੀਂ, ਵਾਹ, ਉਹ ਤਾਂ ਕਨਸੈਪਟ ਹੀ ਵੱਖਰਾ ਸੀ ਨਾ, ਉਹ ਤਾਂ ਕਨਸੈਪਟ ਵੱਖਰਾ ਸੀ। ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਲੜੋ, ਤੁਹਾਡੇ ਮੁਰੇ ਮੈਂ ਹੱਥ ਜੋੜਨਾ, ਜਿਹੜੇ ਵਿਦੇਸ਼ਾਂ ਚ ਬੈਠੇ, ਚਾਹੇ ਟਕਸਾਲੀ ਨੇ, ਚਾਹੇ ਮਿਸ਼ਨਰੀ ਨੇ, ਕੋਈ ਵੱਟ ਐਵਰ ਆ ਜੀ, ਤੁਸੀਂ ਇਹ ਗੱਲ ਨੂੰ ਧਿਆਨ ਰੱਖੋ, ਕਿਤੇ ਤੁਹਾਡੀ ਭੜਕਾਟ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਬੈਠਾ, ਕਿਸੇ ਘੱਟ ਆਪਦੇ ਇਲਾਕੇ ਚ ਰਹਿਣ ਵਾਲੇ ਘੱਟ ਗਿਣਤੀ ਦੇ ਨਾਲ ਇਹੋ ਜਿਹਾ ਕੰਮ ਨਾ ਕਰ ਦੇਵੇ ਵੀ ਕੱਲ ਨੂੰ ਕੋਈ 84 ਵਾਲਾ ਕੰਮ ਹੋਵੇ ਤਾਂ ਜਿਹੜੇ ਵਿਚਾਰੇ ਸਾਡੇ ਸਿੱਖ ਵੀਰ ਬੀਕਾਨੇਰ ਸ਼ਨਾਗ ਬਾਹਰ ਬੈਠੇ ਆ ਉਹਨਾਂ ਦੇ ਉੱਤੇ। ਪਰ ਹੁਣ 84 ਨਾਲੋਂ ਵੱਧ ਹੋਊਗਾ, ਇਹ ਤੁਸੀਂ ਗੱਲ ਨੋਟ ਕਰ ਲਿਓ ਜੀ, ਜਿਹੜਾ ਹੁਣ ਸਥਿਤੀ ਆ ਉੱਥੇ ਪੰਜਾਬ ਆਪਣੇ ਇੰਡੀਆ ਦੇ ਵਿੱਚ। ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਉਹ ਤਾਂ ਦਿਨੋ ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਣ ਜਾਂ ਨਾ ਹੋਣ ਦੀ ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ। ਇੱਕ ਨਾ ਗਿਆਨੀ ਗੁਰਦੇਵ ਸਿੰਘ ਨੇ, ਤੁਸੀਂ ਜਾਣਦੇ ਹੋਵੋਗੇ ਜੀ, ਹਾਂਜੀ, ਮਿੱਠੇ ਵਾਲੇ ਪਿੰਡ ਸੀ ਉਹਨਾਂ ਦਾ। ਉਹਨਾਂ ਨੇ ਕਿਤਾਬ ਲਿਖੀ ਹੋਈ ਇੱਕ ਮੇਰਾ ਪਿੰਡ, ਸਾਰੇ ਪੜ੍ਹਨ ਜੀ, ਬਹੁਤ ਵਧੀਆ ਕਿਤਾਬ ਹੈ। ਉਹਨਾਂ ਨੇ ਇੱਕ ਚੈਪਟਰ ਆਉਂਦਾ ਉਹਦੇ ਵਿੱਚ, ਉਹ ਚਾਹੁੰਦਾ ਮੇਰੇ ਪਿੰਡ ਦੇ ਸਾਧਨਾਂ ਨਾਲ ਸੰਬੰਧਿਤ ਕੋਈ ਹੈ ਕੰਮ। ਉਹ ਕਹਿੰਦੇ ਵੀ ਸਾਡੇ ਪਿੰਡ ਕੋਈ ਸਾਧ ਆਇਆ, ਉਹਦੀ ਪੁੱਛ ਗਿੱਛ ਬਹੁਤ ਵੱਧ ਗਈ। ਕਹਿੰਦਾ ਮੈਂ ਹੁਣ ਗੱਲ ਭੁੱਲ ਗਿਆ, ਪਤਾ ਨੀ ਮੀਂਹ ਪਵਾਉਣਾ ਸੀ, ਕੋਈ ਕੰਮ ਕਰਨਾ ਸੀ। ਕਹਿੰਦਾ ਕਿਵੇਂ ਹੋਊ? ਕਹਿੰਦਾ ਵੀ ਐਂ ਕਰੋ, 101 ਇਕੱਠੇ ਖੰਡ ਪਾਠ ਕਰਾਓ ਪਿੰਡ ਮਿੱਠੇਆਲ ਦੇ ਵਿੱਚ। ਹਾਂਜੀ, ਉਹਨਾਂ ਨੇ ਜੀ 101 ਸਰੂਪ ਇਕੱਠਾ ਕਰ ਲਿਆ। 101 ਸਰੂਪ ਇਕੱਠਾ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਜਦੋਂ ਪਾਠ ਸ਼ੁਰੂ ਕਰਨਾ ਸੀ, ਪਿੰਡ ਦੇ ਪਤਵੰਤੇ ਕਹਿੰਦੇ ਵੀ ਹੁਣ ਗ੍ਰੰਥੀ ਕਿੱਥੋਂ ਆਉਣਗੇ 101? ਉੱਥੇ ਪੈ ਗਿਆ ਚੱਕਰ। 101 ਖੰਡ ਪਾਠ ਕਰਾਉਣ ਲਈ ਘੱਟੋ ਘੱਟ 400-500 ਪਾਠੀ ਚਾਹੀਦਾ, 400-500 ਮੇਰਾ ਖਿਆਲ ਉਹਨਾਂ ਸਮਾਂ ਚ ਪਿੰਡ ਦੀ ਬਸਾਉਣੀ ਸੀਗੀ ਜੀ। ਉਹਨੇ ਕੀਤਾ, ਕਹਿੰਦਾ ਐਂ ਕਰੋ, ਖੰਡ ਪਾਠ ਇੱਕ ਸ਼ੁਰੂ ਕਰ ਲੈਂਦੇ ਆ, ਬਾਕੀ ਸਾਰੇ ਨਹਾ ਧੋ ਕੇ ਗੁਰੂ ਦੀ ਤਾਬਿਆ ਬੈਠ ਜਾਓ, ਚੌਲ ਕਰੀ ਜਾਓ। ਰਾਤੋਂ ਰਾਤ ਪਿੰਡ ਵਾਲੇ ਸਕੀਮ ਬਣਾਈ ਗਈ ਸਾਧ ਨੂੰ ਕੁੱਟਣਾ, ਸਾਧ ਨੂੰ ਭਿਣਕ ਲੱਗੀ, ਰਾਤੋਂ ਰਾਤ ਆਪਦਾ ਮੰਜਾ ਬੇਤਰਾ ਚੱਕ ਕੇ ਉੱਥੋਂ ਨਿਕਲ ਗਿਆ ਜੀ। ਨੰਬਰ 2, ਪਿਛਲੇ ਸਾਲਾਂ ਚ ਤੁਸੀਂ ਸਾਰਿਆਂ ਨੇ ਘਟਨਾ ਪੜ੍ਹੀ ਹੋਣੀ ਆ, ਹੋਂਦ ਚੇਲੜ ਪਿੰਡ ਦੀ, ਠੀਕ ਹੈ ਜੀ, ਜਿੱਥੇ ਸਿੱਖ ਪਰਿਵਾਰ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ ਸੀਗੇ। ਹਾਂਜੀ, ਉੱਥੇ ਗੁਰਦੁਆਰਾ ਸਾਹਿਬ ਸੀਗਾ ਜੀ, ਉੱਥੋਂ ਸਰੂਪ, ਚਲੋ ਹੁਣ ਮੈਂ ਇਮਾਰਤ ਤੇ ਗੁਰੂ ਗ੍ਰੰਥ ਸਾਹਿਬ ਦਾ ਆਪਸ ਵਿੱਚ ਤੁਹਾਨੂੰ ਨਾਤਾ ਦੱਸ ਰਿਹਾ ਕੀ ਹੈ ਜੀ।
ਹੁਣ ਚੱਲਣ ਦੇ ਵਿੱਚ ਤੁਸੀਂ ਹੁਣ ਵੀ ਆਪਦੇ ਆਪ ਜਿੰਨੇ ਸੁਣਦੇ ਆ ਨੈਟ ਤੇ ਭਰ ਕੇ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖਿਓ, ਤੁਸੀਂ ਨਾ ਇਮਾਰਤ ਦੇਖ ਕੇ ਗੁਰੂ ਗ੍ਰੰਥ ਸਾਹਿਬ ਨੇ ਸੋਚੋਗੇ ਕਿ ਜਿਹੜਾ ਗੁਰਦੁਆਰਾ ਇਮਾਰਤ ਦਾ ਇਹ ਹਾਲ ਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕੀ ਹੱਲ ਕੀਤਾ ਹੋਵੇ। ਬਸ ਬਾਕੀ ਸਵਾਲ ਤੁਸੀਂ ਆਪ ਕੱਟ ਲਈ ਸੁਣਨ ਵਾਲੇ, ਧੰਨਵਾਦ ਇਹਨਾਂ ਹੀ ਕਹਿਣਾ ਸੀ, ਮਿਹਰਬਾਨੀ। ਥੈਂਕ ਯੂ ਸੋ ਮਚ ਜੀ। ਉਹ ਤਾਂ ਸਾਨੂੰ ਨਾ ਜਦੋਂ ਆਪਣੇ ਆਪ ਨੂੰ ਅਸੀਂ ਜਿੱਥੇ ਗੁਰੂ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ, ਅਸੀਂ ਇੰਨਾ ਸੋਚ ਲਾਂਗੇ ਵੀ ਮਕਸਦ ਕੀ ਆ ਸਾਡਾ। ਸਭ ਤੋਂ ਪਹਿਲਾਂ ਤਾਂ ਜੀ ਜਦੋਂ ਵੀ ਕੋਈ ਕੰਮ ਕਰਦੇ ਆ ਤੁਸੀਂ, ਠੀਕ ਆ, ਧਾਰਮਿਕ ਹੋਣ ਲੱਗੇ ਵੀ ਆ। ਜਿਸ ਦਿਨੇ ਵੀ ਮੈਂ ਗੱਲ ਕਰਦਾ ਸੀ, ਮੈਂ ਕਿਹਾ ਵੀ 2006 ਜਾਂ 2007 ਦੀ ਗੱਲ ਆ, ਅਸੀਂ ਕਲਾਸਾਂ ਲਾਉਣ ਲੱਗੇ ਇੱਥੇ, ਤੇ ਜਦੋਂ ਨਾ ਪਹਿਲਾਂ ਇੱਦਾਂ ਬੈਠੇ ਤੇ ਉੱਥੇ ਇਹੀ ਗੱਲ ਸਾਡੀ ਸ਼ੁਰੂ ਹੋਈ ਵੀ ਪਹਿਲਾਂ ਤਾਂ ਸਾਰੇ ਜਣੇ ਆਪੋ ਆਪਣਾ ਇੱਕ ਪੇਜ ਲੈ ਕੇ ਪੇਪਰ ਲੈ ਕੇ ਉਹ ਤੇ ਇਹ ਲਿਖੋ ਵੀ ਮੇਰੇ ਧਾਰਮਿਕ ਹੋਣ ਦਾ ਮਕਸਦ ਕੀ ਆ, ਜਿਹਨੂੰ ਮੈਂ ਕਹਿੰਦਾ ਧਾਰਮਿਕ ਹੋਣਾ ਕੀ ਆ, ਮਤਲਬ ਉਹਦੇ ਵਿੱਚੋਂ ਕੀ ਆ ਐਸਾ ਜਿਹੜਾ ਮੇਰੇ ਕੋਲ ਨਹੀਂ ਹੈਗਾ ਮੈਂ ਲੈਣਾ ਚਾਹੁੰਦਾ, ਕੀ ਆ ਐਸਾ ਜਿਹੜਾ ਹੈਗਾ ਛੱਡਣਾ ਚਾਹੁੰਦਾ ਮੈਂ, ਹੈਨਾ। ਕਿਉਂਕਿ ਮੈਨੂੰ ਲੱਗਦਾ ਸੀ ਇੱਦਾਂ ਵੀ ਸਾਡੇ ਕੋਲ 80-85% ਬੰਦੇ ਜਦੋਂ ਧਾਰਮਿਕ ਹੋਣ ਦੀ ਗੱਲ ਆਉਂਦੀ ਆ, ਸਿੱਖ ਬਣਨ ਦੀ ਗੱਲ ਆਉਂਦੀ ਆ, ਤੇ ਉਹ ਫਟਾਫਟ ਅੰਮ੍ਰਿਤ ਛਕਣ, ਨਿਤਨੇਮ ਕਰਨ ਤੇ ਇੱਦਾਂ ਸਰੀਰ ਤੇ ਕਕਾਰ ਪਾਉਣ ਤੇ ਗੁਰਦੁਆਰੇ ਜਾਣ ਇਹਨੂੰ ਲੈ ਲੈਂਦੇ ਆ, ਹੈਨਾ। ਉਹਦੇ ਨਾਲ ਮਤਲਬ ਕੀ ਸਵਰ ਜਾਣਾ, ਕੀ ਛੁੱਟਣਾ ਤੁਹਾਡੇ ਕੋਲੋਂ ਤੇ ਕੀ ਫੜਿਆ ਜਾਣਾ, ਠੀਕ ਹੈ। ਫਿਰ ਦੂਜੀ ਗੱਲ ਸੀ ਅਸੀਂ ਇੱਦਾਂ ਡਿਸਕਸ ਕਰਨ ਲੱਗੇ ਵੀ ਜਿਹਨੂੰ ਰੱਬ ਕਹਿੰਦੇ ਅਸੀਂ, ਠੀਕ ਹੈ ਨਾ, ਜਿਹਨੂੰ ਅਸੀਂ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਇੱਕ ਆ ਉਹ, ਠੀਕ ਹੈਨਾ, ਉਹਦਾ ਕਾਰਜ ਖੇਤਰ ਕੀ ਆ, ਠੀਕ ਹੈ ਵੀ ਕੀ ਆ। ਕਿਉਂਕਿ ਜੇ ਪਤਾ ਜਿਹਨੂੰ ਮਿਲਣਾ ਆ, ਜਿਹਨੂੰ ਜਿਹਨਾਂ ਸੰਬੰਧ ਬਣਾਉਣੇ ਆ, ਜਿਹਦੇ ਮੂਹਰੇ ਅਰਦਾਸ ਕਰਨੀ, ਜਿਹਨੂੰ ਕੁਛ ਕਹਿਣਾ ਆ, ਰਾਈਟ, ਹੈਨਾ, ਵੀ ਉਹਦਾ ਜੇ ਤੁਹਾਨੂੰ ਇਹੀ ਨੀ ਪਤਾ ਵੀ ਕਾਰਜ ਖੇਤਰ ਕੀ ਆ, ਠੀਕ, ਫਿਰ ਤੁਸੀਂ ਕੀ ਕਰੋਗੇ, ਉਹਦੇ ਕੋਲੋਂ ਕੀ ਮੰਗੋਗੇ। ਬਿਲਕੁਲ, ਹੁਣ ਬੰਦਾ ਕਹਿੰਦਾ ਸਾਡਾ ਤਾਂ ਜਿਹੜਾ ਮੁੰਡਾ ਆਰ ਸੀ ਲੱਗ ਗਿਆ ਜੀ, ਬੰਦਾ ਕਹਿੰਦਾ ਲੈ ਵੀ ਹੁਣ ਤਾਂ ਮੌਜ ਲੱਗ ਗਈ, ਹੈਨਾ। ਅਗਲਾ ਪੁੱਛੇ ਵੀ ਕੀ ਗੱਲ ਹੋਈ, ਕਹਿੰਦੇ ਵੀਜ਼ੇ ਲੈਣ ਨੂੰ ਮੌਜ ਹੋਊਗੀ, ਉਹ ਕਹਿੰਦੇ ਨਹੀਂ 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 ਅੰਬੈਸੀ ਥੋੜਾ ਲੱਗਾ ਉਹ, ਠੀਕ ਹੈ, ਵੀਜ਼ੇ ਤਾਂ ਹਾਈ ਕਮਿਸ਼ਨ ਦਿੰਦਾ, ਹੈਨਾ। ਸਾਨੂੰ ਉਹ ਜਿਹੜਾ, ਕਿਉਂਕਿ ਅਸੀਂ ਜਿਹੜਾ ਅੱਜ ਵੀ ਸਾਡਾ ਰੌਲਾ, ਜਿਹੜੇ ਸਾਡੇ